ਬਹੁਤ ਮਿਹਰਬਾਨੀ। ਆ ਜਾਓ ਬੀਬੀਆਂ ਦਾ ਪਸੰਦੀਦਾ ਗੀਤ ਮੁੜ ਦਾ ਲੱਥਣੇ ਨੀ ਐਸੇ ਰੰਗ ਚੜਾ ਦੇਣਗੇ ਦੀਵਾ ਮਸਤ ਬਣਾ ਦੇਣਗੇ ਦੀਵਾ। ਆ ਜਾਓ ਪੇਸ਼ ਕਰਨ ਲੱਗਿਆ ਜੀ ਉਹਨਾਂ ਮਸਤ ਫਕੀਰਾਂ ਦੀ ਬਾਤ ਹੈ ਤੁਸੀਂ ਹੁਣ ਆਇਆ ਜੀ ਜਿਹੜੇ ਲੋਇਲ ਬੈਠੇ ਹੋ ਤੇ ਹੁਣ ਤਾਂ ਤੁਸੀਂ ਸਾਨੂੰ ਟੈਲੀਫੋਨ ਹੀ ਕਰ ਦਿੰਦੇ ਸੀ ਇੱਥੇ ਤਾਂ ਜੀ ਗੱਲ ਬਹੁਤ ਗਾਹ ਵੱਧ ਚੁੱਕੀ ਆ ਜਦ ਤੱਕ ਨਾਲ ਦਾ ਤਾਂ ਪੁੱਛ ਲਓ ਵੀ ਮੈਡਮ ਕੀ ਕਿਹਾ ਜੀ ਆਇਆਂ ਨੂੰ ਜੀ ਆਇਆਂ ਹੈ ਜੀ ਕੌਣ ਬੈਠੇ ਨੇ ਜੀ ਸਾਡੇ ਕਿਸਮਤ ਚ ਕਰਮਾਂ ਚ ਮਹਾਰਾਜ ਨੇ ਦੁਨੀਆ ਨੂੰ ਘੁੰਮੀ ਲਿਖੀ ਹੋਈ ਹੈ ਪਰ ਸ਼ੁਕਰ ਹੈ ਮਹਾਰਾਜ ਦਾ ਕਿ ਜਿੱਥੇ ਵੀ ਜਾਂਦੇ ਹੈ ਏਦਾਂ ਮਹਿਸੂਸ ਹੁੰਦਾ ਕਿ ਮੇਰਾ ਆਪਣਾ ਪਰਿਵਾਰ ਹੈ ਮੇਰਾ ਆਪਣਾ ਪਰਿਵਾਰ ਹੈ ਜਿੰਨੇ ਤੁਸੀਂ ਹਾਲ ਚ ਬੈਠੇ ਖੜੇ ਹੋ ਮਾਵਾਂ ਬਾਪੂ ਭੈਣ ਭਰਾ ਕਿਸੇ ਦਾ ਚਾਚਾ ਹੈ ਕਿਸੇ ਦਾ ਮਾਮਾ ਹੈ ਇਹ ਤੋਂ ਬਾਅਦ ਹੋਰ ਸਕੀਰੀ ਕੋਈ ਇਹ ਪਰਿਵਾਰ ਸਭ ਚੰਗਾ ਲੱਗਦਾ ਮਹਾਰਾਜ ਦੇ ਜਿਹੜੇ ਸ਼ੌਂਕ ਸੀ ਸਾਡੇ ਉਹੀ ਸਾਡੀ ਰੋਜ਼ੀ ਰੋਟੀ ਬਣਾ ਦੀ ਨੱਚਦੇ ਫਿਰਦੇ ਦੁਨੀਆਂ 'ਚ ਨੰਦ ਲੈਂਦੇ ਫਿਰਦੇ ਆ ਆਹ ਬੜਾ ਸ਼ੁਕਰ ਮਹਾਰਾਜ ਕਿ ਤੁਸੀਂ ਉਹ ਨੀਅਤ ਬਣਾਉਂਦੇ ਹੋ ਕਿ ਸਾਡੇ ਭਰਾ ਨੇ ਆਉਣਾ ਸਾਡੇ ਪੁੱਤ ਨੇ ਆਉਣਾ ਅੱਜ ਚੰਗੀ ਸੰਗਤ ਹੋ ਇਸ ਗੱਲ ਦਾ ਬਹੁਤ ਧੰਨਵਾਦ ਕਰਦਾ ਸਾਰੇ ਪਿੰਡ ਦੇ ਮਹਾਰਾਜ ਦਾ ਕਿ ਮਹਾਰਾਜ ਤੂੰ ਸਾਨੂੰ ਇਹਨਾਂ 'ਚ ਰੱਖ ਲਿਆ ਕਿ ਜਿਹਨਾਂ ਨੂੰ ਆ ਕੇ ਬਜ਼ੁਰਗ ਵੀ ਸੁਣਦੇ ਆ ਜਿਹਨਾਂ ਨੂੰ ਮਾਵਾਂ ਸੁਣਦੀਆਂ ਕਿ ਕਈ ਵਾਰੀ ਇਹ ਸਿਰ ਛੋਟਾ ਪੈ ਜਾਂਦਾ ਹੱਥ ਇੰਨੇ ਵੱਧ ਜਾਂਦੇ ਜਦੋਂ ਮਾਵਾਂ ਕਹਿੰਦੀਆਂ ਨਾ ਪੁੱਤ ਮੇਰੀ ਉਮਰ ਵੀ ਤੈਨੂੰ ਲੱਗ ਜਾਂਦੀ ਸੋ ਇੱਦਾਂ ਹੀ ਬਸ ਇਹ ਫਿਰ ਸੱਚੇ ਮਾਰ ਜਾਂਦੇ ਉਹ ਗੀਤ ਗੱਲ ਬਾਤ ਹੀ ਹੋਈ ਸੀ ਮੇਰੀ ਬਾਤ ਤਾਂ ਚਲੀ ਗਈ ਆ ਪਿਛਲੇ ਸਾਲ ਨਵੰਬਰ ਮਹੀਨੇ ਚ ਤੇ ਜਾਣਾ ਸਾਡੇ ਬਾਈ ਜੀ ਕਹਿੰਦੇ ਢੋਲ ਤੇ ਇਹਨਾਂ ਦੇ ਫਾਦਰ ਸਾਹਿਬ ਪਰਸੋਂ ਚਲੇ ਗਏ ਪਰ ਅੱਜ ਸਾਰੇ ਵੱਜ ਰਹੇ ਕਿਉਂਕਿ ਸਭ ਨੇ ਜਾਣਾ ਅੱਜ ਉਹੀ ਗੱਲਾਂ ਕਰਦੇ ਸੀ ਮੈਂ ਕਹਿੰਦਾ 90 ਸਾਲ ਦੀ ਉਮਰ ਸੀ ਮੈਂ ਬਾਬਾ ਲਿਖੇ ਦਾ ਪਰ 90 ਸਾਲਾਂ ਬਾਅਦ ਵੀ ਇਹ ਥੋੜ੍ਹੀ ਜਿਹੀ ਰਾਜ ਆ ਗਿਆ ਕੌਣ ਕਹਿੰਦਾ ਕਿਹੜਾ ਧੀ ਪੁੱਤ ਕਹਿੰਦਾ ਵੀ 90 ਸਾਲਾਂ ਬਾਅਦ ਵੀ ਪਿਓ ਚਲਾ ਜਾਵੇ ਕਿਉਂਕਿ ਘਰ ਦੇ ਥੰਮ ਨੇ ਘਰ ਦੇ ਬੁੱਢ ਨੇ ਬਾਬੇ ਇਹ ਮਾਵਾਂ ਸਾਡੀਆਂ ਇਹਨਾਂ ਕਰਕੇ ਸਾਡੀਆਂ ਜੜਾਂ ਲੱਗੀਆਂ ਸੀ ਭਾਵੇਂ ਇੱਥੇ ਆ ਕੇ ਵੀ ਸਕਸੈਸ ਹੋਇਆ ਪਰ ਪਿੱਛੇ ਜਿਹੜਾ ਰਾਜ ਦੀ ਗੱਲ ਹੈ ਜਿਹੜੀ ਸ਼ੋਭਾ ਦੀ ਗੱਲ ਹੈ ਜਿਹੜੀ ਬੁਲੰਦ ਗੱਲ ਹੈ ਉਹ ਇਹ ਹੈ ਕਿ ਸਾਡੇ ਮਾਂ ਬਾਪ ਉਸ ਗੀਤ ਦੇ ਦੋ ਬੋਲ ਜ਼ਰੂਰ ਗਾਊਂਗਾ ਕਿ ਸੱਚਾ ਚ ਮਾਵਾਂ ਲਈ ਕਿਉਂਕਿ ਜਦੋਂ ਇਹ ਤੁਰ ਜਾਂਦੇ ਨੇ ਨਾ ਬਾਬਾ ਉਹ ਤੋਂ ਬਾਅਦ ਅਹਿਸਾਸ ਫਿਰ ਬਦਲਦੇ ਆ ਤਾਂ ਆਪਣੀਆਂ ਮਾਵਾਂ ਪ੍ਰਤੀ ਹਰਜਾਂ ਤੋਂ ਬਾਗੀ ਨਾ ਹੋਇਓ ਤੁਰ ਗਿਆ ਤੋਂ ਬਾਅਦ ਲੱਖ ਉਹਨਾਂ ਦੇ ਭੋਗਾਂ ਤੇ ਇਕੱਠ ਕਰੀ ਜਾਈਏ ਲੱਖ ਉੱਤੇ ਮੈਨਿਊ ਦੇਖ ਦੇਖ ਕੇ ਖਾਣੇ ਪ੍ਰਸ਼ਾਦੇ ਲੰਗਰ ਬਣਾਈਏ ਇਹ ਤਰ੍ਹਾਂ ਤਰ੍ਹਾਂ ਦੇ ਉਹਦੇ ਚੋਂ ਕੱਖ ਨਹੀਂ ਨਿਕਲਣਾ ਬਾਬਾ ਤਸੱਲੀ ਉਸੇ ਗੱਲ ਦੀ ਹੈ ਮੋਢਾਂ ਦੇ ਵੇਲੇ ਜਦੋਂ ਪਤਾ ਹੈ ਕਿ ਜਿੰਨਾ ਚਿਰ ਰਹੇ ਮਾਂ ਦਾ ਬਾਪ ਦਾ ਖਿਆਲ ਰੱਖਿਆ ਉਹਨਾਂ ਦੀ ਸੇਵਾ ਕੀਤੀ ਕੋਈ ਦਵਾਈ ਬੂਟੀ ਸੀ ਤਾਂ ਪਹਿਲ ਦੇ ਆਧਾਰ ਤੇ ਪਹਿਲਾਂ ਉਹ ਕੰਮ ਕਰਕੇ ਫਿਰ ਨਿਕਲੇ ਤਾਂ ਮਾਵਾਂ ਲਈ ਇੱਕ ਪੁਕਾਰ ਹੈ
ਜਿੰਨਾ ਕੋਲੇ ਮਾਵਾ ਹੈ ਵੀ ਉਹ ਪੁੱਛੀ ਦੁੱਖ ਸੋਹਣਿਆ ਸਰਦਾਰ ਭਾਈ
ਚੀਕਾਂ ਮਾਰਦੇ ਆ ਨਾ, ਇੱਥੋਂ ਦੇਖ ਕੇ ਲੈ ਲਓ ਬੰਦੇ ਹੋ, ਅੱਜ ਉਹਨਾਂ ਦਾ ਵਿਆਹ ਨਹੀਂ ਹੋਇਆ।